ਵੀਡੀਓ ਵੇਖ ਰਹੇ ਸਾਰੇ ਪਿਆਰੇ ਕੈਂਡੀਡੇਟ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ETT 2364 ਪੋਸਟਾਂ ਦੇ ਬਾਰੇ। ETT 2364 ਪੋਸਟਾਂ ਦੇ ਬਾਰੇ ਬਹੁਤ ਸਾਰੇ ਸਬਸਕ੍ਰਾਈਬਰ ਜਿਹੜੇ ਸਾਨੂੰ ਕਮੈਂਟ ਕਰ ਰਹੇ ਹੈਗੇ ਨੇ, ਵੀਡੀਓ ਵਿੱਚ ਵੀ, ਵਟਸਐਪ ਦੇ ਗਰੁੱਪਾਂ ਵਿੱਚ ਵੀ SMS ਭੇਜ ਰਹੇ ਹੈਗੇ ਨੇ ਕਿ ETT ਦਾ 2364 ਦਾ ਜੋ ਅਪਡੇਟ ਹੈ ਉਹ ਕਿੰਨੀ ਤਰੀਕ ਨੂੰ ਜਿਹੜਾ ਆ ਰਿਹਾ। ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ। ਚੈਨਲ 'ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਸੀਂ ETT NTT BEd ਜਾਂ ਫਿਰ BA ਕੀਤੀ ਹੋਈ ਆ, PS ਟੈਟ ਦਾ ਵੀ ਟੈਸਟ ਜਿਹੜਾ ਤੁਸੀਂ ਕਲੀਅਰ ਕੀਤਾ ਹੋਇਆ ਤਾਂ ਇਸ ਚੈਨਲ ਨਾਲ ਤੁਸੀਂ ਜ਼ਰੂਰ ਜੁੜਨਾ ਹੈਗਾ, ਕਿਉਂਕਿ ਅਸੀਂ ਇਸ ਚੈਨਲ 'ਤੇ ਅਕਸਰ ਹੀ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ ਜਿੰਨੀਆਂ ਵੀ ਨਵੀਆਂ ਨੋਟੀਫਿਕੇਸ਼ਨ ਆਉਂਦੀਆਂ ਨੇ, ਜੋਬਸ ਆਉਂਦੀਆਂ ਨੇ, ਠੀਕ ਆ, ਉਹਦੇ ਰਿਲੇਟਡ ਹੀ ਅਸੀਂ ਵੀਡੀਓ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਹਾਂ। ਸੋ ਦੱਸ ਦਈਏ ਕਿ ਕੈਂਡੀਡੇਟ ਕਿ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੱਲੋਂ ਨੈਕਸਟ ਜਿਹੜਾ ਨੋਟੀਫਿਕੇਸ਼ਨ ਆਉਣਾ ਹੈਗਾ, ETT ਦੀਆਂ 2364 ਪੋਸਟਾਂ ਦਾ ਜਿਹੜਾ ਫਾਈਨਲ ਨੋਟੀਫਿਕੇਸ਼ਨ ਆਉਣਾ ਹੈਗਾ, ਉਹ ਦੋਸਤੋ ਤੁਹਾਨੂੰ ਦੱਸ ਦਈਏ ਕਿ 25 ਅਗਸਤ ਤੋਂ ਬਾਅਦ ਜਿਹੜਾ ਆ ਜਾਵੇਗਾ। ਜੀ ਹਾਂ, ਡੇਟ ਨੋਟ ਕਰ ਲਓ ਜੀ, 25 ਅਗਸਤ 2024 ਤੋਂ ਬਾਅਦ ETT 2364 ਪੋਸਟਾਂ ਦਾ ਜਿਹੜਾ ਨੈਕਸਟ ਨੋਟੀਫਿਕੇਸ਼ਨ ਹੈ ਉਹ ਆ ਜਾਵੇਗਾ। ਧੰਨਵਾਦ।